ਕੌਣ ਹੈ ਉਹ ਐਥਲੀਟ ਜਿਸਨੇ 125 ਸਾਲ ਦਾ ਰਿਕਾਰਡ ਤੋੜ ਦਿੱਤਾ? ਪੈਰਿਸ ਓਲੰਪਿਕ 2024 ਚ ਮੱਲਾ ਮਾਰਨ ਵਾਲੀ ਕੁੜੀ ਬਾਰੇ ਦੱਸਾਂਗੇ ਕੁਝ ਖਾਸ ਗੱਲਾਂ। ਪੈਰਿਸ 2024 ਓਲੰਪਿਕ, ਮਨੂ ਭਾਕਰ ਨੇ ਪੈਰਿਸ ਓਲੰਪਿਕ ਦੇ ਵਿੱਚ ਇਤਿਹਾਸ ਰਚ ਹੀ ਦਿੱਤਾ। ਉਹ ਇੱਕ ਓਲੰਪਿਕ ਖੇਡਾਂ ਦੇ ਵਿੱਚ ਇੱਕ ਤੋਂ ਵੱਧ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ ਦੇ ਵਿੱਚ ਦੱਖਣੀ ਕੋਰੀਆ ਨੂੰ 16-10 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤ ਲਿਆ। ਉਸਨੇ ਇਸ ਤੋਂ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਪਿਸਟਲ ਦੇ ਵਿੱਚ ਕਾਂਸੀ ਦਾ ਹੀ ਤਗਮਾ ਹਾਸਲ ਕੀਤਾ। ਇਸ ਨਾਲ ਉਹ ਇੱਕ ਓਲੰਪਿਕ ਦੇ ਵਿੱਚ 2 ਤਗਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਐਥਲੀਟ ਬਣ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ 1900 ਦੀਆਂ ਖੇਡਾਂ ਦੌਰਾਨ ਭਾਰਤ ਨੇ ਐਥਲੈਟਿਕਸ 'ਚ 2 ਚਾਂਦੀ ਦੇ ਤਗਮੇ ਜਿੱਤੇ ਸਨ? ਤਾਂ ਆਓ ਜਾਣਦੇ ਹਾਂ ਉਸੀ ਐਥਲੀਟ ਬਾਰੇ। ਮਨੂ ਨੇ ਪੈਰਿਸ ਓਲੰਪਿਕ 'ਚ 2 ਕਾਂਸੀ ਦੇ ਤਗਮੇ ਜਿੱਤੇ। ਇਸ ਨਾਲ ਉਹ ਇੱਕ ਓਲੰਪਿਕ 'ਚ 2 ਤਗਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਐਥਲੀਟ ਬਣੀ। ਪਰ ਨੋਰਮੈਨ ਪ੍ਰਿਚਰਡ ਨੇ 1900 ਦੀਆਂ ਖੇਡਾਂ ਦੇ ਵਿੱਚ 2 ਚਾਂਦੀ ਦੇ ਤਗਮੇ ਜਿੱਤੇ। ਉਦੋਂ ਭਾਰਤ ਅੰਗਰੇਜ਼ਾਂ ਦੇ ਅਧੀਨ ਆਉਂਦਾ ਸੀ। ਭਾਰਤ ਨੇ 1900 'ਚ ਹੋਈਆਂ ਓਲੰਪਿਕ ਖੇਡਾਂ 'ਚ ਪਹਿਲੀ ਵਾਰ ਤਮਗਾ ਜਿੱਤਿਆ ਸੀ। ਭਾਰਤ ਨੇ 1900 ਦੇ ਵਿੱਚ ਹੋਈਆਂ ਓਲੰਪਿਕ ਖੇਡਾਂ 'ਚ ਪਹਿਲੀ ਵਾਰ ਖੇਡਾਂ ਦੇ ਮਹਾਂਕੁੰਭ ਦੇ ਵਿੱਚ ਹਿੱਸਾ ਲਿਆ। ਭਾਰਤ ਨੇ ਆਪਣੇ ਪਹਿਲੇ ਹੀ ਓਲੰਪਿਕ ਦੇ ਵਿੱਚ 2 ਤਗਮੇ ਜਿੱਤੇ ਸਨ। ਇਹ ਦੋਵੇਂ ਮੈਡਲ ਭਾਰਤ ਨੂੰ ਨੋਰਮਨ ਪ੍ਰਿਚਰਡ ਨੇ ਦਿੱਤੇ ਸਨ। ਇੱਥੇ ਜ਼ਿਕਰਯੋਗ ਹੈ, ਨੋਰਮਨ ਪ੍ਰਿਚਰਡ ਬ੍ਰਿਟਿਸ਼ ਭਾਰਤੀ ਸਨ। ਉਹਨਾਂ ਦਾ ਜਨਮ 23 ਜੂਨ 1877 ਨੂੰ ਕੋਲਕਾਤਾ 'ਚ ਹੋਇਆ ਸੀ। ਉਸਨੇ 200 ਮੀਟਰ ਦੌੜ ਅਤੇ 200 ਮੀਟਰ ਅੜਿੱਕਾ ਦੌੜ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸਨੇ ਪੈਰਿਸ ਓਲੰਪਿਕ 1900 ਦੇ ਵਿੱਚ 60 ਮੀਟਰ, 100 ਮੀਟਰ, 200 ਮੀਟਰ, 110 ਮੀਟਰ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਭਾਗ ਲਿਆ। ਓਲੰਪਿਕ 'ਚ 2 ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਹੀ ਨਹੀਂ ਸਗੋਂ ਪਹਿਲੇ ਏਸ਼ੀਆਏ ਵੀ ਸਨ। ਉਸਦਾ ਘਰੇਲੂ ਕਲੱਬ ਪ੍ਰੈਜੀਡੈਸੀ ਐਥਲੀਟ ਕਲੱਬ ਬੰਗਾਲ ਸੀ। ਇਸ ਕਾਰਨ IOC ਨੇ ਭਾਰਤ ਨੂੰ ਉਹ ਮੈਡਲ ਦਿੱਤੇ ਸਨ। ਉਸਨੇ ਹਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਉਸਨੇ ਪਿਓਗਸਟ ਅਤੇ ਮੈਡ ਓਵਰ ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ। ਪਰ ਸਾਡੀ ਮਨੂ ਭਾਕਰ ਨੇ ਇਹ ਰਿਕਾਰਡ 125 ਸਾਲਾਂ ਬਾਅਦ ਤੋੜਿਆ ਔਰ 2024 ਪੈਰਿਸ ਓਲੰਪਿਕ ਦੇ ਵਿੱਚ ਮੱਲਾ ਮਾਰ ਕੇ 2 ਮੈਡਲ ਆਪਣੇ ਨਾਮ ਕੀਤੇ ਨੇ, ਔਰ ਉਹ ਵੀ ਸਿਰਫ਼ ਔਰ ਸਿਰਫ 22 ਸਾਲ ਦੀ ਉਮਰ ਦੇ ਵਿੱਚ।